ਫੋਨੀ ਬਟਨ। ਅਸਲਾਮ ਵਾਲੇਕੁਮ ਦੋਸਤੋ, ਤੁਸੀਂ ਦੇਖ ਰਹੇ ਹੋ ਅਫਜ਼ਲ ਟੀਵੀ ਅਤੇ ਮੈਂ ਤੁਹਾਡਾ ਮੇਜ਼ਬਾਨ ਅਫਜ਼ਲ ਅਹਿਮਦ। ਸਭ ਤੋਂ ਪਹਿਲੇ ਆਪਣੇ ਚੈਨਲ ਨੂੰ ਕਰੋ ਸਬਸਕ੍ਰਾਈਬ, ਨਾਲ ਲੱਗੀ ਘੰਟੀ ਨੂੰ ਦਬਾਓ ਤਾਂ ਕਿ ਲੇਟੈਸਟ ਅਤੇ ਬਿਹਤਰੀਨ ਵੀਡੀਓ ਦੀ ਨੋਟੀਫਿਕੇਸ਼ਨ ਪਹੁੰਚੇ ਵੀਰਾਂ ਕੋਲ ਸਭ ਤੋਂ ਪਹਿਲੇ। ਜਿਵੇਂ ਕਿ ਦੋਸਤਾਂ, ਉਹ ਅਫਜ਼ਲ ਟੀਵੀ ਰੋਜ਼ ਕੋਸ਼ਿਸ਼ ਕਰਦਾ ਹੈ ਖੂਬਸੂਰਤ ਆਲਾ ਕੁਆਲਿਟੀ ਦੇ ਜਾਨਵਰ ਲੈ ਕੇ ਹਾਜ਼ਰ ਹਨ ਦੋਸਤਾਂ ਵਾਸਤੇ, ਜਿਨ੍ਹਾਂ ਸਫ਼ਰ ਕਰੀ ਗਏ ਵੈਲ ਕਰਕੇ ਦੋਸਤਾਂ ਦੇ ਸ਼ੌਕ ਪੂਰੇ ਕਰਾਵੀ ਦੇਣ। ਅੱਜ ਜਨਾਬ ਦੂਸਰਾ ਵਾਰ ਰਸੋਈ ਹੋਈ ਜਰਸੀ ਕਰਾਸ ਬੈੜੀ, ਮਾਸ਼ਾਅੱਲਾ ਮਗਰ ਬੱਚੀ ਹੈ, ਖੂਬਸੂਰਤ ਅਤੇ ਅਸੀਨੋ ਜਮੀਲ ਕੱਦ ਕਾਠ ਹੈ ਜਾਨਵਰ ਕੋਲ, ਖੂਨ ਜਨਾਬ ਜਾਨਵਰ 'ਤੇ ਪੂਰਾ ਹੈ ਮਾਸ਼ਾਅੱਲਾ। ਬਾਕੀ ਇਹਦੀ ਜਨਾਬ ਲਾਈਵ ਚੁਆਈ ਕਰਾਉਣ ਲੱਗੇ ਹਾਂ ਦੋਸਤਾਂ ਨੂੰ, ਇਹਦੀ ਚੁਆਈ ਦਿਖਾਵਾਂਗੇ, ਦੁੱਧ ਦਾ ਰਿਕਾਰਡ ਜਨਾਬ ਤੁਹਾਡੇ ਸਾਹਮਣੇ ਅੱਖਾਂ 'ਤੇ ਆ ਜਾਣ। ਬਾਕੀ ਨਸਲ ਜ਼ਾਤ ਚਾਲ ਡਾਲ ਜਿਹੜੀ ਉਹ ਕੈਮਰੇ ਦੀ ਨਜ਼ਰ ਹੈ ਮੇਰੇ ਦੋਸਤੋ, ਮੇਰਾ ਕੈਮਰਾਮੈਨ ਤੁਹਾਨੂੰ ਚਾਰੇ ਐਂਗਲ ਦਿਖਾਏਗਾ ਜਾਨਵਰ ਦੇ ਅਤੇ ਵੀਰਾਂ ਨੂੰ ਤਸੱਲੀ ਕਰਾਵਾਂਗੇ ਮਾਸ਼ਾਅੱਲਾ। ਆਰਡਰ ਜਨਾਬ ਚੈੱਕ ਕਰੋ, ਫਾੜੀ ਵਾਲਾ ਵਾਨਾ ਥਣ ਜਨਾਬ ਮੁੱਠ ਭਰਦਾ ਸੋਹਣਾ ਮਾਸ਼ਾਅੱਲਾ। ਤੁਹਾਡੇ ਅੱਖਾਂ ਦੇ ਸਾਹਮਣੇ ਜਨਾਬ ਲਾਈਵ ਚੁਆਈ ਕਰਾਉਂਦੇ ਅਸੀਂ ਅਤੇ ਵੀਰਾਂ ਨੂੰ ਤਸੱਲੀ ਕਰਾ ਦਿਆਂਗੇ, ਕੋਈ ਸ਼ੱਕ ਨਾ ਰਹੇ। ਕਦ ਜਾਨਵਰ ਕੋਲ ਬੜਾ ਵੱਡਾ ਜੇ, ਬੜਾ ਸੋਹਣਾ ਕਦ ਕਾਠ ਦੀ ਮਾਲਕ ਹੈ ਮਾਸ਼ਾਅੱਲਾ। ਲਿਆ ਕਾ ਬੱਚਾ ਛੱਡ ਚਾਚਾ ਮਾਸ਼ਾਅੱਲਾ। ਆ ਜਨਾਬ ਬੱਚਾ ਮਾਸ਼ਾਅੱਲਾ ਵੱਛੀ ਹੈ ਪਿੱਛੇ, ਬੜੀ ਪਿਆਰੀ ਖੂਬਸੂਰਤ ਹੈ, ਕਮਲੇ ਵਜੂਦ ਦੇ ਵਿੱਚ ਅਤੇ ਵੱਡੇ ਜਨਾਬ ਆਦਿ ਕਾਠਾਂ ਵਾਲੀ ਗਾਂ ਬਣੇਗੀ ਮਾਸ਼ਾਅੱਲਾ। ਰੱਖ ਬੰਦਾ ਜਨਾਬ ਸਾਂਭ ਲਵੇ ਅੱਲਾ ਦੇ ਹੁਕਮ ਨਾਲ, 2 ਸਾਲ 2.5 ਮਹੀਨੇ ਚ ਕਰੇ ਇਸ ਬੱਚੇ ਦੇ ਉੱਤੇ 6 ਲੱਖ ਰੁਪਏ ਦੀ ਗਾਂ ਬਣ ਜਾਣੀ ਮਾਸ਼ਾਅੱਲਾ। ਸੋਹਣੇ ਔਰ ਲਾਜਵਾਬ ਜਾਨਵਰ ਅਫਜ਼ਲ ਟੀਵੀ ਦੀ ਜ਼ੀਨਤ ਹੈ ਦੋਸਤਾਂ ਵਾਸਤੇ, ਜਨਾਬ ਸਫ਼ਰ ਕਰਕੇ ਵੈਲ ਕਰਕੇ ਦੋਸਤਾਂ ਦੇ ਸ਼ੌਕ ਪੂਰੇ ਕਰਾ ਵੀ ਦੇਣ ਮਾਸ਼ਾਅੱਲਾ। ਤੁਹਾਡੇ ਅੱਖਾਂ ਦੇ ਸਾਹਮਣੇ ਜਨਾਬ ਲਾਈਵ ਚੁਆਈ ਕਰਾਂਗੇ, ਹੁਣ ਵੀ ਇਹ ਜੋ ਚੁਆਈ ਦੇ ਵਿੱਚ ਹੁਣ ਦੁੱਧ ਦਿਖਾਵਾਂਗੇ ਅੱਲਾ ਪਾਕ ਦੇ ਹੁਕਮ ਦੇ ਨਾਲ ਅਤੇ ਫਜ਼ਲੋ ਕਰਮ ਦੇ ਨਾਲ ਜਨਾਬ ਸੁਬਾ ਵੀ ਇਤਨਾ ਦੁੱਧ ਹੀ ਤੁਹਾਨੂੰ ਦਿਖਾਵਾਂਗੇ ਜੀ। ਮਾਲਕ ਸਾਡੇ 'ਤੇ ਇਤਮਾਦ ਕਰਦਾ, ਭਰੋਸੇ ਕਰਦੇ ਨੇ, ਲੋਕ ਔਨਲਾਈਨ ਜਾਨਵਰ ਸਾਡੇ ਕੋਲ ਖਰੀਦਦੇ ਨੇ ਮਾਸ਼ਾਅੱਲਾ। ਕੋਸ਼ਿਸ਼ ਕਰੀਦੀ ਹੈ ਕਿ ਅੱਲਾ ਤਾਲਾ ਜਿਹੜੇ ਨਾ ਆਪਣੇ ਕਰਮ ਦੇ ਸਾਡੇ 'ਤੇ ਜਿਹੜੇ ਨਾ ਕਰਮ ਕਰੇ ਅਤੇ ਅੱਲਾ ਤਾਲਾ ਉਹਨਾਂ ਨੂੰ ਵੀ ਹਿੰਮਤ ਅਤੇ ਤਾਕਤ ਅਤੇ ਉਹਨਾਂ ਨੂੰ ਵੀ ਇੱਜ਼ਤ ਅਤਾ ਕਰੇ ਜਿਹੜੇ ਲੋਕ ਸਾਡੇ ਅਤੇ ਭਰੋਸਾ ਕਰਦੇ ਨੇ, ਅਤੇ ਸਾਨੂੰ ਵੀ ਅੱਲਾ ਤਾਲਾ ਜਿਹੜਾ ਨਾ ਇਸ ਚੀਜ਼ ਦੀ ਜਿਹੜਾ ਨਾ ਹਿੰਮਤ ਦੇਵੇ ਕਿ ਅੱਲਾ ਕਿਸੇ ਦੇ ਦਿਲ ਨੂੰ ਠੇਸ ਨਾ ਪਹੁੰਚਾਈਏ ਮਾਸ਼ਾਅੱਲਾ। ਚਾਹੀ ਜਨਾਬ ਤੁਹਾਡੇ ਅੱਖਾਂ ਦੇ ਸਾਹਮਣੇ ਥੱਕ ਥੁੱਕ ਨਾ ਹੈਗਾ, ਚੋ ਵੀਡੀਓ ਚੌਖੀ ਲੰਮੀ ਵੀ ਨਹੀਂ ਕਰਨੀ, ਬਣਾ ਚੋਈ ਹੈ ਕੈਮਰੇ ਤੋਂ ਡਰ।
ਚੈਨਲ ਬਣ ਨਹੀਂ ਗਈ, ਨਹੀਂ ਬਣ ਗਈ, ਐਡੀ ਛੇਤੀ ਬਣ ਗਈ ਜੋ ਪੂਰੀ ਪੂਰੀ ਚਵਾਈ ਦੀ ਲਾਣੀ ਥੱਕ ਗਿਆ ਮੇਰੀ ਬਿਨਾਂ ਵਾਜਾ ਸੀ ਉਹਨੇ ਮਾਸ਼ਾਅੱਲਾ ਕੋਸ਼ਿਸ਼ ਕਰਦੇ ਰਹਾਂਗੇ ਜੀ, ਮਿਹਨਤ ਕਰਦੇ ਪਏ ਹਾਂ, ਅੱਲਾਹ ਦੇ ਹੁਕਮ ਦੇ ਨਾਲ ਜਨਾਬ ਅੱਲਾਹ ਸੋਹਣਾ ਜਿਹੜਾ ਇਹਨੇ ਇਹਦਾ ਸਾਨੂੰ ਅਜਰ ਦੇਵੇਗਾ ਮਾਸ਼ਾਅੱਲਾ। ਜੋ ਵੀ ਸਾਡੇ ਦੋਸਤ ਭਾਈ ਸਾਡੇ ਕੋਲ ਜਨਾਬ ਪੰਧ ਕਰਕੇ ਆਉਂਦੇ ਨੇ, ਸਫ਼ਰ ਕਰਦੇ ਨੇ, ਵੈਲ ਕਰਦੇ ਨੇ ਜਨਾਬ ਸਾਡੇ ਕੋਲ ਆਉਂਦੇ ਨੇ, ਸਾਡੇ ਇਤਮਾਦ ਅਤੇ ਭਰੋਸੇ 'ਤੇ ਸਾਡੇ ਕੋਲ ਆ ਕੇ ਜਾਨਵਰ ਖਰੀਦਦੇ ਨੇ, ਤੈ ਦਿਲ ਤੋਂ ਜਨਾਬ ਦੋਸਤਾਂ ਦਾ ਸ਼ੁਕਰ ਗੁਜ਼ਾਰ ਹੈ ਮਾਸ਼ਾਅੱਲਾ। ਬਾਕੀ ਜੋ ਚੀਜ਼ ਸਾਡੇ ਕੋਲ ਅੱਲਾਹ ਦੇ ਹੁਕਮ ਦੇ ਨਾਲ ਜਾਵੇਗੀ ਅੱਲਾਹ ਸੋਹਣੇ ਤੋਂ ਡਰ 'ਤੇ ਅਤੇ ਅੱਲਾਹ ਸੋਹਣੇ ਦੇ ਜਨਾਬ ਫਜ਼ਲੋ ਕਰਮ ਦੇ ਨਾਲ
ਕੋਈ ਗਿਲਾ ਸ਼ਿਕਵਾ ਨਹੀਂ ਆਵੇਗਾ ਇਨਸ਼ਾਅੱਲਾ। ਮਾਸ਼ਾਅੱਲਾ ਜੋ ਲਾਈਫ 'ਚ ਹੋਈ ਹੋਏਗੀ ਇਨਸ਼ਾਅੱਲਾ ਰੀਅਲ 'ਚ ਵੀ ਉਹੀ ਹੋਏਗੀ। ਮਾਸ਼ਾਅੱਲਾ ਬਾਲਟੀ ਜਨਾਬ ਬੋਲ ਦਿੱਤੀ। ਡੇਅਰੀ ਵਾਲਾ ਬੰਦਾ ਰਾਖੂ ਬੰਦੇ ਵਾਸਤੇ ਜਨਾਬ ਬਿਹਤਰੀਨ ਤੋਹਫਾ ਹੈ। ਨਸਲਜ਼ਾਤ ਵਾਲਾ ਜਾਨਵਰ ਹੈ, ਫਿਰ ਦੋਸਤਾਂ ਨੂੰ ਪਤਾ ਵੀ ਹੁੰਦਾ ਹੈ ਕਿ ਜਿਹੜਾ ਦੁੱਧ ਦੇਣ ਵਾਲਾ ਜਾਨਵਰ ਹੁੰਦਾ ਨਾ, ਉਹ ਹੁੰਦਾ ਲਿਬਾਸ ਥੋੜ੍ਹਾ ਜਿਹਾ ਜਿਹੜਾ ਨਾ ਖੂਨ ਥੋੜ੍ਹਾ ਜਿਹਾ ਘੱਟ ਹੁੰਦਾ ਜਾਨਵਰ 'ਤੇ। ਬਾਕੀ ਨਸਲਜ਼ਾਤ ਜਾਨਵਰ ਕੋਲ ਪੂਰੀ ਹੈ। ਡਿਮਾਂਡ ਵੀ ਬੜੀ ਮਕੂਲ ਜੀ ਹੈ, 360,000 ਰੁਪਇਆ ਡਿਮਾਂਡ ਹੈ। ਕੋਈ ਇਤਨੀ ਜ਼ਿਆਦਾ ਡਿਮਾਂਡ ਨਹੀਂ, ਲੋਕ 5-6 ਲੱਖ ਦੁੱਧ ਦੇ ਸਿਰ 'ਤੇ ਮੰਗ ਲੈਂਦੇ ਨੇ। ਹਵਾਨਾ ਇਨਸ਼ਾਅੱਲਾ ਜਿਹੜਾ ਨਾ ਬਿਲਕੁਲ ਚੁਆਈ ਤੋਂ ਬਾਅਦ ਜਿਹੜਾ ਨਾ ਨਾਲ ਲੱਗ ਜਾਏਗਾ, ਇੱਦਾਂ ਹੋ ਜਾਣਾ ਜਿੱਦਾਂ ਫੂਕ ਦੇ ਵਿੱਚੋਂ ਹਵਾ ਨਿਕਲ ਜਾਂਦੀ। ਮਾਸ਼ਾਅੱਲਾ ਕੋਈ ਚਰਬੀ ਚੁਰਬੀ ਵਾਲਾ ਹਵਾਨਾ ਨਹੀਂ ਹੈਗਾ, ਗੋਸ਼ਤ ਵਾਲਾ ਹਵਾਨਾ ਨਹੀਂ ਹੈ। ਮਾਸ਼ਾਅੱਲਾ ਦੁੱਧ ਵਾਲਾ ਹਵਾਨਾ, ਬਰੀਕ ਚਮੜੀ ਸ਼ੀਸ਼ੇ ਰੰਗਾ ਜਨਾਬ ਹਵਾਨੇ ਦਾ। ਮਾਸ਼ਾਅੱਲਾ ਅੱਖਾਂ ਦੇ ਸਾਹਮਣੇ ਚੁਆਈਆਂ।